तस्वीर उस भयानक सड़क हादसे दियां ने जिसने दो औरतों की जान ले ली है। दरअसल तरन तारण दे विच ट्रक ते गड्डी दे विच कार भयानक टक्कर हुई जिस दे विच दो औरतों की मौत हो गई। हादसा पिंड जंडोके सरखाली के नेड़े वापरिया। हादसा सवेरे करीब 5 बजे वापरिया है, अजिही जानकारी सामने आई है। दसिया जा रहा है कि इस हादसे दे विच औरतों की मौके उत्ते ही मौत हो गई। दूसरे पासे गड्डी चालक भी गंभीर रूप दे नाल जख्मी होया है, जो जेरे इलाज है। ब्यूरो रिपोर्ट, अज दी आवाज। ਘਰੋਂ ਘਰੋਂ ਆਏ ਸੀ, ਪਹਿਲਾਂ ਸਾਨੂੰ ਮੱਥਾ ਟੇਕਣਾ ਤੇ ਆਪਣੇ ਪਰਿਵਾਰ ਸਮੇਤ ਦਰਾਣੀ ਠਾਣੀ ਦੇ ਨਾਲ ਮੁੰਡਾ ਹੈਗਾ ਸੀ, ਇਹਦਾ ਆਪਣੇ ਰਿਸ਼ਤੇਦਾਰ ਕੋਈ ਗੱਡੀ ਚਲਾਉਂਦੇ ਸੀ। ਇਹ ਸਵੇਰ ਤੜਕੇ ਦਾ ਟਾਈਮ ਸੀ, ਹਿਸਾਬਪੁਰ ਲੱਗੇ ਇਹ ਤਰਨ ਤਾਰਨ ਤੋਂ ਟਾਲਾ ਸਾਹਿਬ ਆਪਣਾ ਪੱਟੀ ਤੋਂ ਲੌਕਾ ਤੋਂ ਲੌਕਾ ਤੋਂ ਟਾਲਾ ਸਾਹਿਬ ਮੱਥਾ ਟੇਕਣ ਜਾਂਦੇ ਸੀ। ਸਵੇਰ 5 ਵਜੇ ਦੇ ਐਕਸੀਡੈਂਟ ਹੋਇਆ ਤੜਕੇ, ਅੱਗੋਂ ਇਹ ਨਹੀਂ ਪਤਾ ਕਿਸ ਤਰ੍ਹਾਂ ਐਕਸੀਡੈਂਟ ਹੋ ਗਿਆ, ਪਿੱਛੋਂ ਟਰੱਕ ਦੇ ਪਿੱਛੋਂ ਵੱਜ ਗਈ। ਅਤੇ ਗੱਡੀ 'ਚ ਕੌਣ ਕੌਣ ਸਵਾਰ ਸੀ? ਦੱਸੋ ਕਿਤੇ ਇੱਕ ਅਮਨਜੀਤ ਕੌਰ, ਇੱਕ ਪਰਮਜੀਤ ਮਨਪ੍ਰੀਤ ਕੌਰ, ਦੋਨੋਂ ਦਰਾਈ ਟਾਣੀਆਂ, ਅਤੇ ਨਾਲ ਇੱਕ ਡਰਾਈਵਰ ਜਿਹੜਾ ਫੌਜੀ ਫੌਜੀ ਸਿੰਘ, ਉਹਦਾ ਅਮਨਜੀਤ ਕੌਰ ਦਾ ਘਰ। ਅਤੇ ਇਸ ਹਾਦਸੇ ਵਿੱਚ ਕਿੰਨੇ ਜਾਣੇ ਦੀ ਡੈਥ ਹੋਈ ਜੀ? ਹਾਂਜੀ, ਕਿੰਨੇ ਜਾਣੇ ਦੀ ਡੈਥ ਹੋਈ? ਕੀ ਕਾਰਵਾਈ ਕੀਤੀ ਪੁਲਿਸ ਵੱਲੋਂ? ਪਰਚਾ ਦਰਜ ਕਰਦੇ ਕਰਤਾ ਜੀ।